ਬਿਲਾਸਪੁਰ ਦੇ ਕਸਬਾ ਕਾਨੂਹਨ ਦਾ ਸੰਦੀਪ ਠਾਕੁਰ 36 ਸਾਲ ਆਪਣੇ ਪਰਿਵਾਰ ਦੀ ਆਰਥਿਕ ਮਦਦ ਲਈ ਪੁੱਤਰਗਾਲ ਵਿੱਚ ਗਿਆ ਹੋਇਆ ਸੀ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਸੰਦੀਪ ਕਦੀ ਮੁੜ ਕੇ ਵਾਪਸ ਨਹੀਂ ਆਵੇਗਾ ਸੰਦੀਪ ਦੀ ਪੁੱਤਰਗਾਲ ਵਿੱਚ ਅਚਾਨਕ ਮੌਤ ਦੇ ਨਾਲ ਪਰਿਵਾਰ ਦੇ ਹੌਸਲੇ ਟਾਟੇਰੀ ਕਰ ਦਿੱਤੇ ਅੱਜ ਗੁਰਦਾਸਪੁਰ ਦੇ ਸੰਸਦ ਸਨੀ ਦਿਓਲ ਨੇ ਯਤਨਾ ਸਦਕਾ ਸੰਦੀਪ ਦੇ ਮ੍ਰਿਤਕ ਦੇ ਉਸਦੇ ਜੱਦੀ ਕਸਬਾ ਕਾਨੂਹਨ ਪਹੁੰਚੀ ਅਤੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲਾਈਵ ਭਾਰਤ ਜਿਵੇਂ ਕਿ 5 ਜੂਨ 2021 ਨੂੰ ਕਾਨੂਹਨ ਦਾ ਸਾਡੇ ਇੱਕ ਪਰਿਵਾਰ ਹੈ ਪੁਰਸ਼ੋਤਮ ਜੀ ਦਾ ਉਹਨਾਂ ਦੇ ਸਪੁੱਤਰ ਦਾ ਦੇਹਾਂਤ ਹੋਇਆ ਵਿਦੇਸ਼ ਦੇ ਵਿੱਚ ਔਰ ਉਹਨਾਂ ਦੀ ਜਿਹੜੀ ਪਾਰਥਿਵ ਸਰੀਰ ਨੂੰ ਘਰ ਲੈ ਕੇ ਆਉਣ ਦਾ ਜਿਹੜਾ ਬੀੜਾ ਸੀ ਉਹ ਸਾਡੇ ਪਾਰਟੀ ਦੇ ਮੰਡਲ ਅਧਿਅਕਸ਼ ਔਰ ਪਾਰਟੀ ਦੇ ਜ਼ਿਲ੍ਹਾ ਅਧਿਅਕਸ਼ ਉਹਨਾਂ ਦੇ ਮਾਧਿਅਮ ਨਾਲ ਸਾਡੇ ਤੱਕ ਪਹੁੰਚਿਆ ਔਰ ਮੈਂ ਇਹ ਵਿਸ਼ੇ ਕਿਉਂਕਿ ਸਾਡਾ ਕਾਰਿਆਲੇ ਪਠਾਨਕੋਟ ਦੇ ਵਿੱਚ ਹੈ ਮਾਨਯ ਸੰਸਦ ਜੀ ਦਾ ਮੈਂ ਇਹ ਵਿਸ਼ੇ ਸਿੱਧਾ ਸੰਨੀ ਦਿਓਲ ਜੀ ਨਾਲ ਜਿਹੜੇ ਸਾਡੇ ਸੰਸਦ ਨੇ ਉਹਨਾਂ ਨਾਲ ਅਵਗਤ ਕਰਾਇਆ ਤਾਂ ਉਹਨਾਂ ਨੇ ਬਿਨਾਂ ਕਿਸੇ ਵਿਲੰਬ ਦੇ ਇਹਨੂੰ ਜਲਦ ਤੋਂ ਜਲਦ ਪਰਸਿਊ ਕਰਦੇ ਹੋਏ ਮਾਨਯ ਵਿਦੇਸ਼ ਮੰਤਰੀ ਜੀ ਨਾਲ ਫੋਨ 'ਤੇ ਵੀ ਉਹਨਾਂ ਦੀ ਗੱਲਬਾਤ ਹੋਈ ਹੈ ਔਰ ਇਹ ਸਾਰਾ ਮੈਟਰ ਟੁਕਅਪ ਕੀਤਾ ਗਿਆ ਸਾਡੇ ਦਿੱਲੀ ਕਾਰਿਆਲੇ ਤੋਂ ਜਿਹਦੇ ਫਲਸਵਰੂਪ ਕੱਲ੍ਹ ਸ਼ਾਮ ਨੂੰ ਇਹਨਾਂ ਦਾ ਪਾਰਥਿਵ ਸਰੀਰ ਆ ਜਿਹੜਾ ਉਹ ਆਪਣੇ ਕਾਨੂਹਨ ਪਹੁੰਚਿਆ ਇਹਨਾਂ ਦੇ ਪਿੰਡ 'ਚ 10 ਦਿਨ ਦੇ ਅੰਦਰ ਅੰਦਰ ਇਹਨਾਂ ਦੇ ਸਰੀਰ ਨੂੰ ਲੈ ਕੇ ਆਏ ਔਰ ਅੱਜ ਸਵੇਰੇ ਪੂਰੇ ਰੀਤੀ ਰਿਵਾਜ਼ਾਂ ਨਾਲ ਇਹਨਾਂ ਦਾ ਸੰਸਕਾਰ ਕੀਤਾ ਗਿਆ ਹਿੰਦੂ ਰੀਤੀ ਰਿਵਾਜ਼ਾਂ ਨਾਲ ਔਰ ਇਹਦੇ ਵਿੱਚ ਮਾਨਯ ਸੰਸਦ ਜੀ ਜਿਹੜੇ ਪਿਛਲੇ 7-8 ਦਿਨ ਤੋਂ ਸੰਪਰਕ 'ਚ ਸੀ ਪਾਰਟੀ ਦੀ ਲੀਡਰਸ਼ਿਪ ਦੇ ਵੀ ਸਾਡੇ ਆਪਣੇ ਸੰਪਰਕ 'ਚ ਵੀ ਸੀ ਔਰ ਉਹਨਾਂ ਨੂੰ ਇਸ ਚੀਜ਼ ਦੀ ਚਿੰਤਾ ਵੀ ਸੀ ਕਿ ਜੋ ਤਾਂ ਘਟਨਾ ਹੋਈ ਹੈ ਜੀ ਉਹਦਾ ਵਰਪਾਈ ਨਹੀਂ ਕੀਤੀ ਜਾ ਸਕਦੀ ਨੌਜਵਾਨ ਮੌਤ ਹੈ ਇੱਕ ਬਟ ਉਹਦੇ ਲਈ ਆਪਾਂ ਕਿਆ ਕਰ ਸਕਦੇ ਹਾਂ ਉਹ ਅਗਰ ਅਸੀਂ ਸਰੀਰ ਲੈ ਕੇ ਆਏ ਉਹਨਾਂ 'ਤੇ ਉਹੀ ਸਾਡੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਹੈ ਸੰਸਦ ਜੀ ਵੱਲੋਂ ਔਰ ਤੁਹਾਡੇ ਮਾਧਿਅਮ ਨਾਲ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਸੰਸਦ ਜੀ 24 ਘੰਟੇ ਆਪਣੀ ਪਾਰਲੀਮੈਂਟਰੀ ਦੇ ਬਾਰੇ ਚਿੰਤਿਤ ਨੇ ਔਰ ਸਮੇਂ-ਸਮੇਂ 'ਤੇ ਆਪਣੀ ਪਾਰਟੀ ਲੀਡਰਸ਼ਿਪ ਨਾਲ ਸੰਪਰਕ 'ਚ ਨੇ ਔਰ ਰੋਜ਼ ਦਾ ਉਹਨਾਂ ਦਾ ਵਾਰਤਾਲਾਪ ਇੱਥੇ ਹੈ ਜੀ ਪੁਰਤਗਾਲ ਰਹਿੰਦੇ ਸੀ ਉੱਥੇ 11ਵੇਂ ਮਹੀਨੇ ਪੱਕੇ ਹੋ ਗਏ ਸੀ ਉੱਥੇ ਜਿਹੜੇ ਵਸਨੀਕ ਉਹਨਾਂ ਨੇ ਦੱਸਿਆ ਸੀਗਾ ਸਾਨੂੰ ਕਿ ਇਹ ਆਪਣੇ ਸਵੇਰੇ ਯਕਦਮ ਮਤਲਬ ਇਹਦੇ ਪੇਟ ਦੇ ਵਿੱਚ ਪ੍ਰੋਬਲਮ ਹੋਈ ਆ ਤਾਂ ਉਹਦੇ ਉਹਨੇ ਅਰੈਸਟ ਜੇ ਕੀਤੀ ਆ ਤਾਂ ਉੱਥੇ ਜਿਹੜਾ ਮਾਲਕ ਸੀਗਾ ਉਹਨੇ ਦੱਸਿਆ ਸੀਗਾ ਕਿ ਆਪਣੇ ਉਹਨੂੰ ਦਵਾਈ ਵਗੈਰਾ ਦਵਾ ਲਿਓ ਤਾਂ ਉਹਨੂੰ ਜਦੋਂ ਦੇਖਿਆ ਤਾਂ ਉਹ ਅੱਗੇ ਅਟੈਕ ਦੀ ਜਾਂ ਪ੍ਰੋਬਲਮ ਹੋਈ ਆ ਕਿਸ ਤਰ੍ਹਾਂ ਅਤੇ ਇਸ ਕਰਕੇ ਉੱਥੇ ਪਤਾ ਨਹੀਂ ਲੱਗਿਆ ਇਹ 5 ਤਰੀਕ ਦੀ